ਨਾਮ ਹੈ ਤੁਹਾਡਾ, ਕਾਹਦੀ ਸ਼ੋਪ ਹੈ, ਰਾਤ ਜਿਹੜੀ ਚੋਰੀ ਹੋਈ ਉਹਦੀ ਪੂਰੀ ਜਾਣਕਾਰੀ ਦਿਓ। ਮੇਰਾ ਨਾਮ ਜੀ ਸਾਹਿਲ ਮਿੱਤਲ ਹੈ, ਆਪਣਾ ਸ਼ੋਰੂਮ ਦਾ ਨਾਮ ਹੈਗਾ ਜੀ ਗੁਰੂ ਨਾਨਕ ਸੈਂਟਰੀ ਸਟੋਰ, ਅੰਮ੍ਰਿਤਸਰ ਰੋਡ 'ਤੇ ਆਪਣੀ ਦੁਕਾਨ ਹੈ ਜੀ। ਅਤੇ ਆਪਣੇ ਰਾਤੀ ਚੋਰ ਆਏ ਜੀ, ਪਿੱਛੋਂ ਦੀ ਐਂਟਰ ਕੀਤੇ, ਉਹ ਲੋਹੇ ਦਾ ਗੇਟ ਬਹੁਤ ਮਜ਼ਬੂਤ ਸੀ, ਉਹ ਪੱਟ ਕੇ ਉਹਨਾਂ ਨੇ ਅੰਦਰ ਆ ਕੇ ਪਿੱਤਲ ਦਾ ਸਮਾਨ, ਜੈਕਟ ਦਾ ਸਮਾਨ, ਮਹਿੰਗਾ ਮਹਿੰਗਾ ਸਮਾਨ ਉਹ ਡੱਬਿਆਂ 'ਚੋਂ ਕੱਢ ਕੇ, ਉਹਨਾਂ ਨੇ ਡੱਬਿਆਂ 'ਚੋਂ ਕੱਢਿਆ ਸਾਰਾ ਸਮਾਨ ਥੈਲੇ 'ਚ ਪਾਇਆ ਅਤੇ ਸਾਰਾ ਲੈ ਗਏ ਜੀ ਸਮਾਨ। ਅਤੇ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ? 20-25 ਲੱਖ ਦਾ ਸਮਾਨ ਤਾਂ ਜੀ ਦਿਖੀ ਜਾਂਦਾ ਸਾਨੂੰ ਜਿਹੜਾ ਲੈ ਕੇ ਗਏ, ਉਦੋਂ ਬਾਅਦ ਹਲੇ ਪਤਾ ਨਹੀਂ, ਹਲੇ ਚੈੱਕ ਕਰਨਾ ਸੀ। ਹਾਂਜੀ, ਰਿਪੋਰਟ ਲਿਖਾਤੀ ਹੈ ਜੀ, ਚੈੱਕ ਕਰਕੇ ਆਪਣਾ DSP ਸਾਹਿਬ ਆਏ ਸੀਗੇ, ਉਹ ਰੈਕੀ ਕਰ ਗਏ ਸਾਰੀ, ਉਹਨਾਂ ਨੇ ਕਾਰਵਾਈ ਸ਼ੁਰੂ ਕਰਤੀ ਹੈ ਅਗਲੀ। ਸਰ ਪਤਾ ਕਿੱਦਾਂ ਲੱਗਿਆ ਤੁਹਾਨੂੰ ਤੁਹਾਡੇ ਚੋਰੀ ਹੋਈ? ਅਸੀਂ ਕੈਮਰੇ ਔਨਲਾਈਨ ਚੱਲਦੇ ਜੀ, ਸਵੇਰੇ ਕੈਮਰਾ ਚਲਾਇਆ ਅਤੇ 16 ਕੈਮਰੇ ਲੱਗੇ ਹੋਏ ਆਪਣੇ, ਦੇ ਵਿੱਚੋਂ 4 ਕੈਮਰੇ ਚੱਲਦੇ ਸੀ, ਨਾਲ ਜਿਹੜਾ DVR ਲੱਗਿਆ ਸੀਗਾ ਮੇਨ, ਉਹ DVR ਦੇ ਕੈਮਰੇ ਨਹੀਂ ਚੱਲਦੇ ਸੀ, ਅਤੇ ਜਿਹੜਾ ਕੈਮਰਾ ਚੱਲਦਾ ਸੀ ਉਹ 'ਚ ਖਲਾਰਾ ਪਿਆ ਹੋਇਆ ਸੀ ਕਾਊਂਟਰ 'ਤੇ, ਪਰ ਅਸੀਂ ਸਵੇਰੇ 6:30-7 ਵਜੇ ਕਾਰ 'ਤੇ ਇਮੀਡੀਏਟਲੀ ਉਦੋਂ ਹੀ ਆਏ, ਉਦੋਂ ਆ ਕੇ ਜੋ ਦੇਖਿਆ ਪਿੱਛੋਂ ਦੀ ਸਾਰਾ ਕੁਛ ਸ਼ਟਰ ਦਾ ਲੋਹੇ ਦਾ ਗੇਟ ਸਾਰਾ ਪੱਟਿਆ ਹੋਇਆ ਸੀਗਾ। ਇਹਦੀ ਕੋਈ CCTV ਵੀ ਹੈਗੀ? ਨਹੀਂ ਜੀ, ਉਹ DVR ਨਾਲ ਹੀ ਲੈ ਗਏ। ਉਹ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ? ਪੁਲਿਸ ਵੀ ਮੌਕੇ 'ਤੇ ਪਹੁੰਚੀ ਸੀਗੀ, ਕਿੰਨਾ ਕੁ ਦਾ ਨੁਕਸਾਨ ਹੈ? ਦੇਖੋ ਜੀ, ਹੁਣ ਤੱਕ ਪੁਲਿਸ ਦੱਸੂਗੀ ਕਾਰਵਾਈ ਕਿਵੇਂ ਹੈ, ਅਸੀਂ ਤਾਂ ਕਿਹਾ ਉਹਨਾਂ ਨੂੰ ਬੰਦੇ ਪਕੜ ਕੇ ਦਿਉ, ਇੱਦਾਂ ਦਾ ਕੋਈ ਵੀ ਵਪਾਰੀ ਬੰਦੇ ਸਾਰੇ ਆਪਣੇ ਵਪਾਰ ਹੈ, ਇੱਦਾਂ ਦਾ ਵਪਾਰੀ ਕੋਈ ਵੀ ਕੰਮ ਕਰ ਹੀ ਨਹੀਂ ਸਕਦਾ ਇੱਥੇ, ਫਿਰ ਤਾਂ ਆਪਾਂ ਨੂੰ ਇੱਥੋਂ ਜਾਣਾ ਹੀ ਪੈਣਾ ਬਾਹਰ, ਜੇ ਕੁਛ ਚੱਲੀ ਗਿਆ ਤਾਂ। ਤੇ ਲਾਸਟ ਕਿੰਨੇ ਵਜੇ ਤੁਸੀਂ ਦੇਖਿਆ? 10:30 ਦੇਖਿਆ ਜੀ ਲਾਸਟ। ਆਪਾਂ ਕੋਈ ਡਾਊਟ ਹੈਗਾ ਕਿਸੇ ਦੇ ਕੁਛ? ਨਹੀਂ, ਦੇਖੋ ਇਹ ਤਾਂ ਪੁਲਿਸ ਦੱਸੂਗੀ ਹੁਣ।